ਅਸ਼ੀਕਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਰੰਗ ਪੰਜਾਬ ਦੇ ਔਰੰਗ ਪੰਜਾਬ ਦੇ ਪ੍ਰੋਗਰਾਮ ਦੇ ਇਸ ਐਪੀਸੋਡ ਦੇ ਤਹਿਤ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਸੰਗੋਲ ਜਿਹਨੂੰ ਕਿ ਉੱਚਾ ਪਿੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦਾ ਪਿੰਡ ਹੈਗਾ ਔਰ ਇਸ ਪਿੰਡ ਨੂੰ ਉੱਚਾ ਪਿੰਡ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਦੀਆਂ ਜਿਹੜੀਆਂ ਗਲੀਆਂ ਉੱਚੀਆਂ ਔਰ ਇਸ ਦੇ ਘਰ ਜਿਹੜੇ ਉੱਚੀ ਜਗ੍ਹਾ ਤੇ ਬਣੇ ਹੋਏ ਆ ਔਰ ਆਸ-ਪਾਸੇ ਦੇ ਇਲਾਕੇ ਤੋਂ ਸਾਫ਼ ਤੇ ਸਪਸ਼ਟ ਦਿਖਾਈ ਦਿੰਦੇ ਆ ਔਰ ਜਿਹੜੇ ਪਿੰਡ ਹੈਗਾ ਜੇ ਆਪਾਂ ਗੱਲ ਕਰੀਏ ਇਥੋਂ ਦੀ ਆਬਾਦੀ ਦੀ ਤਾਂ 10000 ਦੇ ਕਰੀਬ ਹੈ ਔਰ ਵੋਟ ਬੈਂਕ ਹੈ ਜਿਹੜਾ 3700 3800 ਦੇ ਕਰੀਬ ਹੈ ਔਰ ਇਸ ਪਿੰਡ ਦੀ ਇੱਕ ਇਤਿਹਾਸਿਕ ਮਹੱਤਤਾ ਇਹ ਵੀ ਹੈ ਕਿ ਜਿਹੜੀਆਂ ਸੱਭਿਆਤਾਵਾਂ ਜਿਹੜੀਆਂ ਇਦਾਂ ਦੀਆਂ ਸੀ ਜਿਨ੍ਹਾਂ ਦਾ ਪਤਨ ਹੋ ਚੁੱਕਿਆ ਉਹਨਾਂ ਸੱਭਿਆਚਾਰ ਸੱਭਿਆਤਾਵਾਂ ਨਾਲ ਜੁੜੇ ਹੋਏ ਜਿਹੜੇ ਅੰਸ਼ ਹੈ ਕੁਝ ਅਜਿਹੀਆਂ ਵਸਤੂਆਂ ਜਿਹੜੀਆਂ ਦੁਰਲਭ ਹੁਣ ਬਣ ਚੁੱਕੀਆਂ ਇਥੋਂ ਮਿਲੀਆਂ ਜਿਵੇਂ ਪੁਰਾਣੇ ਸਿੱਕਿਆਂ ਦੀ ਗੱਲ ਕਰ ਲਈਏ ਪੁਰਾਣੇ ਗਹਿਨੇ ਹੋਗੇ ਪੁਰਾਣੇ ਉਸ ਸਮੇਂ ਦੇ ਮਿੱਟੀ ਦੇ ਬਰਤਨ ਜਿਹੜੇ ਲੋਕ ਵਰਤਦੇ ਸੀਗੇ ਤੇ ਮੂਰਤੀਆਂ ਵੀ ਪਿੰਗਿਆ ਇਸ ਤੋਂ ਲਾਵੇ ਇੱਥੇ ਮਹਾਤਮਾ ਬੁੱਧ ਨਾਲ ਜੁੜੇ ਹੋਏ ਦੋ ਸਤੂਬ ਉਹ ਵੀ ਮਿਲੇ ਹੈਗੇ ਆ ਪਿੰਡ 'ਚ ਹੋਰ ਵੀ ਬਹੁਤ ਕੁਝ ਦੇਖਣ ਵਾਲਾ ਹੈਗਾ ਔਰ ਪਿੰਡ ਤੇ ਪੂਰਾ ਜਿਹੜਾ ਸ਼ਹਿਰੀਕਰਨ ਹੈਗਾ ਉਹਦਾ ਅਸਰ ਹੋ ਚੁੱਕਿਆ ਹੈ ਪਿੰਡ ਦੇ ਲੋਕ ਆ ਜ਼ਿਆਦਾਤਰ ਆਪਾਂ ਦੇਖਿਆ ਜਾਵੇ ਤਾਂ ਸ਼ਹਿਰੀ ਸੱਭਿਆਤਾ ਦੇ ਅਨੁਸਾਰ ਜਿਹੜੀ ਆਪਣੀ ਜ਼ਿੰਦਗੀ ਉਹ ਬਤੀਤ ਕਰਦੇ ਆ ਛੋਟੀ ਤੋਂ ਲੈ ਕੇ ਵੱਡੀ ਤਰ੍ਹਾਂ ਦੀ ਚੀਜ਼ ਸਭ ਕੁਝ ਇੱਥੇ ਮਿਲ ਜਾਂਦਾ ਹੈ ਚਾਹੀ ਗੱਲ ਕਰੀਏ ਕੱਪੜਿਆਂ ਦੀ ਫਰੂਟ ਦੀ ਜਾਂ ਹਰ ਤਰ੍ਹਾਂ ਦੀ ਜਿਹੜੀਆਂ ਬੇਸਿਕ ਸਹੂਲਤਾਂ ਹੈਗੀਆਂ ਇਸ ਪਿੰਡ ਵਿੱਚ ਹੈਗੀਆਂ ਤੇ ਹੋਰ ਵੀ ਆਪਾਂ ਪਿੰਡ ਬਾਰੇ ਜਾਣਾਂਗੇ ਤੇ ਚੱਲਦੇ ਆਂ ਫਿਰ ਆਪਾਂ ਪਿੰਡ 'ਚ ਔਰ ਜਾਣਦੇ ਆਂ ਇਸ ਪਿੰਡ ਦੇ ਬਾਰੇ ਚਾ ਪਿੰਡ ਵਜੋਂ ਜਾਣਿਆ ਜਾਂਦਾ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਪਿੰਡ ਹੈ ਇਹ ਪਿੰਡ ਹੜੱप्पा ਦੀ ਸਭਿਆਤਾ ਨਾਲ ਸੰਬੰਧ ਰੱਖਦਾ ਹੈ ਇਹ ਪਿੰਡ ਆਸ-ਪਾਸ ਦੇ ਕਸਬਿਆਂ ਤੋਂ ਬਹੁਤ ਉੱਚਾ ਤੇ ਸਾਫ਼ ਦਿਖਾਈ ਦਿੰਦਾ ਹੈ ਹੜੱप्पा ਸਭਿਆਤਾ ਨਾਲ ਜੁੜੇ ਬਹੁਤ ਸਾਰੇ ਅਵਸ਼ੇਸ਼ ਇੱਥੋਂ ਮਿਲੇ ਇਸ ਸਭਿਆਤਾ ਦੇ ਪਤਨ ਦੇ ਕਈ ਕਾਰਨ ਮੰਨੇ ਜਾਂਦੇ ਨੇ ਕੁਝ ਕੋ ਇਤਿਹਾਸਿਕ ਕਹਾਣੀਆਂ ਵੀ ਇਸ ਪਿੰਡ ਦੇ ਵਿਨਾਸ਼ ਬਾਰੇ ਮਿਲਦੀਆਂ ਨੇ। ਇਹ ਕਿੱਸਾ ਰੂਪਸੰਤ ਦੀਆਂ ਕਹਾਣੀਆਂ ਨਾਲ ਵੀ ਜੁੜਿਆ ਹੋਇਆ ਏ। ਆਸ-ਪਾਸ ਦੇ ਪਿੰਡਾਂ ਦੇ ਕੁਝ ਲੋਕ ਕਹਿੰਦੇ ਨੇ ਕਿ ਇਸ ਦਾ ਪੁਰਾਣਾ ਨਾਂ ਸੰਗਲਾ ਡੂੰਗਾ ਸੀ। ਤੇ ਜੇ ਆਬਾਦੀ ਦੀ ਗੱਲ ਕਰੀਏ ਤਾਂ ਆਬਾਦੀ ਦੇ ਪੱਖ ਤੋਂ ਪਿੰਡ ਦੀ ਆਬਾਦੀ 10,000 ਦੇ ਕਰੀਬ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਅਲੱਗ-ਅਲੱਗ ਸੱਭਿਆਤਾ ਨਾਲ ਜੁੜੇ ਲੋਕ ਇਥੇ ਆ ਕੇ ਵਸਦੇ ਰਹੇ ਤੇ ਉਹ ਸਭਿਆਤਾ ਦਾ ਪਤਨ ਵੀ ਹੁੰਦਾ ਗਿਆ ਪਿੰਡ ਵਿੱਚ ਖੁਦਾਈ ਦੇ ਦੌਰਾਨ ਮਹਾਤਮਾ ਬੁੱਧ ਨਾਲ ਸੰਬੰਧਿਤ ਦੋ ਸਤੂਪ ਮਿਲੇ ਨੇ ਇੱਕ ਬਿਲਡਿੰਗ ਬਿਲਕੁਲ ਅਸ਼ੋਕ ਚੱਕਰ ਨਾਲ ਮਿਲਦੀ ਜੁਲਦੀ ਹੋਈ ਮਿਲੀ ਇਸ ਵਿੱਚ ਅਲੱਗ-ਅਲੱਗ ਕਮਰੇ ਬੈਠਣ ਲਈ ਬਨੇ ਹੋਏ ਨੇ ਦੱਸਣ ਦੇ ਮੁਤਾਬਿਕ ਇਹਨਾਂ ਨੂੰ ਭਗਤੀ ਕਰਨ ਲਈ ਵਰਤਿਆ ਜਾਂਦਾ ਸੀ ਬਿਲਡਿੰਗ ਦੇ ਅਵਸ਼ੇਸ਼ ਅੱਜ ਵੀ ਇੱਥੇ ਮੌਜੂਦ ਨੇ ਜਿਸ ਦੀ ਦੇਖਰੇਖ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਦੀ ਸਾਮ ਸੰਭਾਲ ਲਈ ਚਾਰ ਦਿਵਾਰੀ ਕੀਤੀ ਗਈ ਹੈ ਤੇ ਇੱਥੇ ਮਿਲਿਆ ਉਸ ਸਮੇਂ ਦਾ ਇੱਕ ਪੁਰਾਣਾ ਖੂਹ ਤੇ ਜਦੋਂ ਅਸੀਂ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮਹਾਤਮਾ ਬੁੱਧ ਦੇ ਸਤੂਪ ਮਿਲੇ ਤਾਂ ਉੱਥੇ ਮਿਲੇ ਸਾਨੂੰ ਇਸ ਪਿੰਡ ਦੇ ਨਿਵਾਸੀ ਸ਼੍ਰੀ ਗਿਆਨ ਚੰਦ ਜੀ ਜਿਨ੍ਹਾਂ ਤੋਂ ਅਸੀਂ ਇਸ ਪਿੰਡ ਦੇ ਇਤਿਹਾਸ ਬਾਰੇ ਜਾਣਿਆ ਪ੍ਰੋਗਰਾਮ ਰਾਂਗ ਪੰਜਾਬ ਦੇ ਤਹਿਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਫਤੇਗੜ ਸਾਹਿਬ ਦੇ ਪਿੰਡ ਉੱਚਾ ਪਿੰਡ ਜਿਸ ਨੂੰ ਕਿ ਉੱਚਾ ਪਿੰਡ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਆਸ-ਪਾਸ ਦੇ ਇਲਾਕਿਆਂ ਤੋਂ ਕਾਫੀ ਉੱਚਾ ਤੇ ਸਾਫ਼ ਦਿਖਾਈ ਦਿੰਦਾ ਹੈ ਇਸ ਪਿੰਡ ਦੀ ਇੱਕ ਇਤਿਹਾਸਿਕ ਮਹੱਤਤਾ ਔਰ ਉਹ ਮਹੱਤਤਾ ਆਪਾਂ ਇੱਥੋਂ ਦੇ ਰਹਿਣ ਵਾਲੇ ਸਾਡੇ ਨਾਲ ਇੱਕ ਬਜ਼ੁਰਗ ਜੁੜੇ ਆ ਆਪਾਂ ਉਹਨਾਂ ਤੋਂ ਜਾਣ ਲੈਨੇ ਆ ਕਿ ਕੀ ਹੈਗੀ ਇਸ ਪਿੰਡ ਦੀ ਮਹੱਤਤਾ ਕਿਉਂਕਿ ਇਹ ਜਿਹੜਾ ਪਿੰਡ ਹੈਗਾ ਨਾ ਹੜੱਪਾ ਸੱਭਿਆਤਾ ਨਾਲ ਜੁੜਿਆ ਹੋਇਆ ਹੈ ਔਰ ਕਿਹਾ ਜਾਂਦਾ ਹੈ ਕਿ ਪੂਰੀ ਦੀ ਪੂਰੀ ਸੱਭਿਆਤਾ ਜਿਹੜੀ ਇੱਥੇ ਖਤਮ ਹੋ ਗਈ ਸੀ ਕੀ ਸੀ ਉਹਦੇ ਖਤਮ ਹੋਣ ਦਾ ਮਤਲਬ ਕੀ ਹੋਇਆ ਕਿ ਉਹ ਸਭਿਅਤਾ ਜਿਹੜੀ ਪੂਰੀ ਦੀ ਪੂਰੀ ਖਤਮ ਹੋ ਗਈ ਆ ਇਸ ਬਾਰੇ ਔਰ ਜਿਹੜੀ ਇੱਥੇ ਇੱਕ ਪੁਰਾਣੀਆਂ ਬਿਲਡਿੰਗ ਹੈਗੀਆਂ ਸੀ ਉਹਨਾਂ ਦੀ ਵੀ ਖੁਦਾਈ ਕੀਤੀ ਗਈ ਆ ਔਰ ਕਿੰਨੀ ਪੁਰਾਣੀਏ ਸਭਿਅਤਾ ਸੀ ਇਸ ਬਾਰੇ ਆਪਾਂ ਜਾਣਦੇ ਆ ਬਜ਼ੁਰਗ ਕੋਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਾਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਨੇ ਵੀ ਜਿਹੜੀ ਆਪਾਂ ਪਿੱਛੇ ਦੇਖ ਰਹੇ ਆ ਹਨਾ ਖੁਦਾਈ ਕੀਤੀ ਗਈ ਆ ਤੇ ਇਹ ਕਿੰਨੇ ਸਾਲ ਪੁਰਾਣੀ ਆ ਜਿਹੜੀ ਖੁਦਾਈ ਕਦੋਂ ਕੀਤੀ ਗਈ ਸੀ ਇਹ 86 87 ਦੇ ਵਿੱਚ ਇੱਥੇ ਖੁਦਾਈ ਕੀਤੀ ਗਈ ਆ ਖੁਦਾਈ ਜਿਹੜੀ 8677 ਹੋਈ ਹੈ ਇਹ ਉਦੋਂ ਇਹ ਇੱਥੇ ਥੇ ਸੀਗਾ ਪਹਿਲਾਂ ਅੱਛਾ ਇਹ ਛੇ ਦੀ ਖਦਾਈ ਹੋਣ ਤੋਂ ਬਾਅਦ ਥੱਲੇ ਤੋਂ ਇਹ ਮਹਾਤਮਾ ਬੁੱਧ ਦਾ ਬੁੱਧ ਸਤੂਪਾ ਨਿਕਲਿਆ ਹੈ 8677 ਦੇ ਨਿਕਲਿਆ ਪਹਿਲਾਂ ਇਹਦੇ ਉੱਪਰ ਸਿਰਫ ਇੱਕ ਇੱਕ ਸਤੂਪ ਬਣਾਵਾਤਾ ਜਿਹਨੂੰ ਮੱਟ ਕਹਿ ਦਿੰਦੇ ਅਸੀਂ ਪਹਿਲਾਂ ਜੋ ਉੱਪਰ ਸਿਰਫ ਮੱਟ ਤਾਂ ਉਹ ਮੱਟ गिर ਗਿਆ ਸੀਗਾ ਬਰਸਾਤ ਦੇ ਕਾਰਨ ਉਹ ਤੋਂ ਬਾਅਦ ਵਿੱਚ 8677 ਦੇ ਵਿੱਚ ਇਹਦੀ ਖਦਾਈ ਹੋਈ ਹੈ ਇਹ ਖੁਦਾਈ ਕਿਹਨੇ ਕੀਤੀ ਮਤਲਬ ਸਭ ਤੋਂ ਪਹਿਲਾਂ ਇਹ ਕੰਮ ਮਤਲਬ ਕਿਹਨੇ ਸ਼ੁਰੂ ਕੀਤਾ ਸੀ ਇਹ ਪੰਜਾਬ ਸਰਕਾਰ ਨੇ ਕੀਤਾ ਹੈ ਅੱਛਾ ਜੀ ਇਹ ਜਿਹੜੀ ਖੁਦਾਈ ਹੋਈ ਹੈ ਪੰਜਾਬ ਸਰਕਾਰ ਦੇ ਅੰਡਰ ਹੋਈ ਹੈ ਪੰਜਾਬ ਸਰਕਾਰ ਨੇ ਕੀਤੀ ਹੈ ਜੀ ਉਸ ਤੋਂ ਬਾਅਦ ਇਹ ਜਿਹੜੀ ਖੁਦਾਈ ਹੈ ਇਸ ਟਾਈਮ ਇਹ ਐਸਆਈਆ ਦੇ ਅੰਡਰ ਹੈ ਅੱਛਾ ਜੀ ਯਾਨੀ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਆਰਕੀਓਲੋਜੀ ਜਿਹੜਾ ਹੈ ਡਿਪਾਰਟਮੈਂਟ ਸੈਂਟਰ ਦਾ ਇਸ ਟਾਈਮ ਉਹਨਾਂ ਦੇ ਅੰਡਰ ਹੈ ਔਰ ਜਦੋਂ ਖੁਦਾਈ ਕੀਤੀ ਗਈ ਹੈ ਨਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਹਾਤਮਾ ਬੁੱਧਾ ਜਿਹੜਾ ਉਹਨਾਂ ਦਾ ਸਪੂਤ ਮਿਲਿਆ ਔਰ ਆਪਾਂ ਦੇਖਦੇ ਕਿ ਪਿੰਡ 'ਚ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ ਔਰ ਕਾਫੀ ਸਾਰੀਆਂ ਜਿਹੜੀਆਂ ਇਹ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੀ ਜਿਵੇਂ ਗਹਿਣੇ ਸੀਗੇ ਮੂਰਤੀਆਂ ਸੀ ਉਹ ਰੱਖੀਆਂ ਗਈਆਂ ਹਨਾ ਤੇ ਹੋਰ ਕੀ ਕੀ ਮਿਲਿਆ ਇੱਥੇ ਖੁਦਾਈ ਦੌਰਾਨ ਇੱਥੇ ਤੋਂ ਬਸ ਇਹੀ ਹੈ ਪੋਟਰੀ ਵਗੈਰਾ ਪੁਰਾਣੇ ਬਰਤਨ ਰੋਮਨ ਕਾਲ ਦੇ ਬਰਤਨ ਹੈ ਤੇ ਕੁਸ਼ਾਨ ਕਾਲ ਦੇ ਬਰਤਨ ਹੈ ਪੋਟਰੀ ਜਿਸ ਨੂੰ ਅਸੀਂ ਕਹਿੰਦੇ ਆ ਇਹ ਚੀਜ਼ਾਂ ਵਗੈਰਾ ਜਿਹੜੀਆਂ ਇਹ ਵੀ ਮਿਲੀਆਂ ਔਰ ਮੂਰਤੀਆਂ ਵੀ ਮਿਲੀਆਂ ਜਿਹੜੀਆਂ ਕਿ ਅੱਜ ਅਜਾਇਬ ਘਰ ਦੇ ਵਿੱਚ ਇੱਥੇ ਵੀ ਹੈ ਦਿੱਲੀ ਵੀ ਹੈ ਚੰਡੀਗੜ੍ਹ ਵੀ ਹੈ ਤੇ ਇਸ ਪਿੰਡ ਦੀ ਹੋਰ ਖਾਸੀਅਤ ਕੀ ਹੈ ਜੀ ਹੋਰ ਖਾਸੀਅਤ ਇਹ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਪਿੰਡ ਹੈ ਸਾਡਾ 3.5 5000 ਸਾਲ ਤੋਂ ਰੈਗੂਲਰਟੀ ਆ ਰਿਹਾ ਹੈ ਅੱਛਾ ਜੀ ਕਦੇ ਬਸ ਗਿਆ ਕਦੇ ਟਹਿ ਗਿਆ ਕਦੇ ਬਣ ਗਿਆ ਕਦੇ ਟਹਿ ਗਿਆ ਇਹ 5500 ਸਾਲ ਤੋਂ ਲਗਾਤਾਰ ਆ ਰਹੇ ਹੈ ਅੱਛਾ ਤੇ ਫਿਰ ਕਿਹੜੀ ਕਿਹੜੀ ਸਭਿਆਤਾ ਦੇ ਜਿਹੜੇ ਲੋਕ ਐ ਜਿਵੇਂ ਤੁਸੀਂ ਦੱਸਿਆ ਕਿ ਮਤਲਬ ਇਹ ਇਦਾਂ ਹੀ ਚਲਦਾ ਆ ਰਿਹਾ ਕਿ ਸਭਿਆਤਾ ਆਉਂਦੀ ਆ ਚਲੀ ਜਾਂਦੀ ਹੈ ਹਨਾ ਤੇ ਕਿਹੜੀ ਕਿਹੜੀ ਸਭਿਆਤਾ ਦੇ ਲੋਕ ਇੱਥੇ ਜੁੜੇ ਰਹੇ ਇੱਥੇ ਜਿਹੜੇ ਲੋਕ ਤੇ ਰਮੈਨ ਕਾਲ ਦੇ ਵੀ ਲੋਕ ਜੁੜੇ ਰਹੇ ਆ ਮੁਥਲਮ ਕਾਲ ਦੇ ਵੀ ਇੱਥੇ ਮੁਹੰਮਦ ਕਾਲ ਦੇ ਵੀ ਜੁੜੇ ਰਹੇ ਆ ਤੇ ਆਰਿਆ ਕਾਲ ਦੇ ਵੀ ਇੱਥੇ ਲੋਕ ਜੁੜੇ ਰਹੇ ਆ ਮਹੰਜੋਦੜੋ ਜਿਹੜੇ ਲੋਕ تھے ਧਰਾਵਲ ਲੋਕ ਜਿਨ੍ਹਾਂ ਨੂੰ ਕਿਹਾ ਗਿਆ ਉਹ ਵੀ ਇਹਦੇ ਨਾਲ ਸਭਿਅਤਾ ਨਾਲ ਜੁੜੇ ਰਹੇ ہیں ਇਸ ਪਿੰਡ ਨਾਲ ਔਰ ਇਹਦੀ ਜਿਹੜੀ ਮਤਲਬ ਜਿਹੜੇ ਸਭਿਅਤਾ ਦਾ ਵਿਨਾਸ਼ ਹੋਇਆ ਜਾਂ ਕਹੋ ਕਿ ਪਤਨ ਹੋਇਆ ਹਨਾ ਮਹਿੰਜੋਦੜੋ ਤੇ ਹੜੱppa ਦੀ ਸਭਿਅਤਾ ਦਾ ਇਹਦੇ ਪਿੱਛੇ ਕਾਫੀ ਸਾਰੀਆਂ ਇਤਿਹਾਸਿਕ ਕਹਾਣੀਆਂ ਜਿਹੜੀਆਂ ਉਹ ਜੋੜੀਆਂ ਜਾਂਦੀਆਂ ਹਨਾ ਤੇ ਕੀ ਰੀਜ਼ਨ ਸੀਗਾ ਮਤਲਬ ਇਹ ਸਭਿਅਤਾ ਕਿਉਂ ਖਤਮ ਹੋਈ ਇਹ ਸਭਿਅਤਾ ਬਾਰੇ ਇੰਨੀ ਜਾਣਕਾਰੀ ਤਾਂ ਮੈਨੂੰ ਨਹੀਂ ਹੈਗੀ ਜਿਹੜੀ ਕਿ ਮੈਂ ਤੁਹਾਨੂੰ ਦੱਸ ਸਕਾਂ ਵਿਸਤਾਰ ਨਾਲ ਵੀ ਕਿਉਂ ਹੋਈ ਹੈ ਲੇਕਿਨ ਇਹਦਾ ਕਾਰਨ ਤਾਂ ਇਹੀ ਹੈ ਕਿ ਕੁਝ ਸਮੇਂ ਤੋਂ ਬਾਅਦ ਹਮਲੇ ਵਗੈਰਾ ਜਿਹੜੇ ਰਾਜੇ ਮਹਾਰਾਜਾ ਦੇ ਹਮਲੇ ਹੁੰਦੇ ਤੇ ਸਭ ਤਾਂ ਇੱਕ ਇੱਕ ਰਾਜਾ ਹਮਲਾ ਕਰ ਦਿੰਦਾ ਦਾ ਦੂਏ ਰਾਜੇ ਨੂੰ ਪਛਾੜ ਦਿੰਦਾ ਤਾਂ ਉਹੀ ਕਾਰਨ ਹੋ ਸਕਦਾ ਇਥੇ ਇਹਨਾਂ ਸਭ ਦਾ ਉੱਜਣ ਦਾ ਕਾਰਨ ਵਰਨਾ ਹੋਰ ਤਾਂ ਕੋਈ ਐਸਾ ਰੀਜਨ ਲੱਗਦਾ ਨਹੀਂ ਹੈ ਮੈਨੂੰ ਔਰ ਜਿਹੜੀਆਂ ਮਤਲਬ ਖੁਦਾਈ ਦੇ ਦੌਰਾਨ ਚੀਜ਼ਾਂ ਮਿਲੀਆਂ ਹਨਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਿਵੇਂ ਦਾ ਮਤਲਬ ਅੰਦਾਜ਼ਾ ਲੱਗਦਾ ਸੀਗਾ ਕਿ ਲੋਕ ਕਿਵੇਂ ਦੀ ਜਿਹੜੀ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਸੀਗੀ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀਗਾ ਉਹਨਾਂ ਦਾ ਖਾਣ ਪੀਣ ਕਿੱਦਾਂ ਦਾ ਸੀ ਬਿਲਕੁਲ ਬਿਲਕੁਲ ਉਹਨਾਂ ਦਾ ਜਿਹੜਾ ਅਸੀਂ ਇਹਨਾਂ ਦੀ ਪੋਟਰੀ ਦੇਖਦੇ ਆ ਜਾਂ ਇਹਨਾਂ ਦੇ ਗਹਿਣੇ ਦੇਖਦੇ ਆ ਜਾਂ ਉਹਨਾਂ ਦੇ ਹੱਥ ਦੀ ਕਲਾ ਛਿੱਪੀ ਦੇਖਦੇ ਆ ਤੇ ਉਹਦੇ ਨਾਲ ਸਾਨੂੰ ਬੜੇ ਉਹ ਸਿੰਪਲ ਤੇ ਸਾਦੇ ਬੰਦੇ ਮਹਿਸੂਸ ਹੁੰਦੇ ਤੇ ਉਹਨਾਂ ਦੇ ਵਿੱਚ ਕੋਈ ਮਤਭੇਦ ਵਾਲੀ ਕੋਈ ਗੱਲ ਲੱਗਦੀ ਨਹੀਂ ਸੀਗੀ ਜਿਸ ਤਰ੍ਹਾਂ ਉਹਦੀ ਪੋਟਰੀ ਬਣੀ ਵੀ ਤੀ ਜਿਸ ਤਰ੍ਹਾਂ ਦੀ ਉਹਨਾਂ ਚ ਕਲਾ ਸੀ ਜੀ ਇਸ ਤਰ੍ਹਾਂ ਜੋ ਥਾ ਉਹਦੇ ਵਿੱਚ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹਨਾਂ ਚ ਕੋਈ ਕਿਸੇ ਕਿਸਮ ਦਾ ਆਪਸ ਵਿੱਚ મતਭੇਦ ਹੋਵੇ ਤੇ ਉਹਨਾਂ ਦੀ ਲਾਈਫ ਸੀ ਜਿਹੜੀ ਮਤਲਬ ਜੇ ਵੇਖੀਏ ਤਾਂ ਪੁਰਾਣੇ ਖਿਆਲ ਆਦੇ ਸੀਗੇ ਜਾਂ ਕਿ ਕਹਿ ਲਓ ਆਧੁਨਿਕ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਸੀਗੇ ਉਹ ਉਹਨਾਂ ਦੀ ਜਿਹੜੀ ਸੀ ਆਧੁਨਿਕ ਤਰੀਕਾ ਤਾਂ ਜਿਹੜਾ ਉਹੀ ਜ਼ਿਆਦਾ ਉਹ ਵਰਤਦੇ ਇਥੇ ਤੇ ਨਵੇਂ ਖਿਆਲਾਂ ਨਾਲ ਉਹਨਾਂ ਦਾ ਕੋਈ ਸਬੰਧ ਨਹੀਂਤਾ ਜੀ ਨਵੇਂ ਖਿਆਲਾਂ ਨਾਲ ਜਿਸ ਦਾ ਅੱਜ ਦੇ ਜ਼ਮਾਨੇ ਦੇ ਵਿੱਚ ਨਵੇਂ ਖਿਆਲ ਆ ਇਹੋ ਜਾਂ ਉਹਨਾਂ ਦਾ ਕੋਈ ਖਿਆਲ ਨਹੀਂਤਾ ਤੇ ਉਹਨਾਂ ਦਾ ਬਸ ਇਹੀ ਤਾਂ ਆਪਸ ਦੇ ਵਿੱਚ ਮੇਲ ਬਲਾਪ ਤੇ ਪ੍ਰੇਮ ਭਾਵ ਦਾ ਭਾਵਨਾ ਜ਼ਿਆਦਾ ਉਹਨਾਂ ਦੀ ਦਰਸਾਉਂਦੀ ਸੀ ਔਰ ਇੱਕ ਨਾ ਆਪਾਂ ਪਿੱਛੇ ਬਿਲਡਿੰਗ ਦੇਖੀਏ ਜਿਹੜਾ ਗੋਲ ਸਰਕਲ ਵਿੱਚ ਬਣੀ ਹੋਈ ਆ ਔਰ ਛੋਟੇ-ਛੋਟੇ ਕਹਿ ਲੋ ਕਿ ਜਿਵੇਂ ਇੱਕ ਕਮਰੇ ਟਾਈਪ ਜਿਵੇਂ ਛੋਟੇ-ਛੋਟੇ ਬੈਠਣ ਵਾਲੀ ਜਗ੍ਹਾ ਕਹਿ ਸਕਦੇ ਹੋ ਨਾ ਉਹ ਬਿਲਡਿੰਗ ਦਾ ਕੀ ਮਹੱਤਵ ਹੈ ਤੁਹਾਡੇ ਅਨੁਸਾਰ ਕੀ ਸੀ ਉਹ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਇਹ ਜਿਹੜਾ ਬੁੱਧਸਤੂਪਾ ਬਣੇ ਤੇ ਇਹ ਅਸ਼ੋਕਾ ਪੀਰੀਅਡ ਦੇ ਟਾਈਮ 'ਚ ਬਣੇ تھے۔ ਜੀ ਅਸ਼ੋਕਾ ਪੀਰ ਨੇ ਅਸ਼ੋਕ ਰਾਜਾ ਨੇ ਜਿਹੜੇ ਇਹਦਾ ਪ੍ਰਚਾਰ ਕੀਤਾ ਤਾਂ ਉਹ ਆਪਣੇ ਅਸ਼ੋਕ ਚੱਕਰ ਦੇ ਮੁਤਾਬਕ ਬਣਾਇਆ ਹੋਇਆ ਥਾ ਜੀ ਬਿਲਕੁਲ ਸੇਮ ਆ ਅਸ਼ੋਕ ਚੱਕਰ ਦੀ ਤਰ੍ਹਾਂ ਇਹ ਤੇ ਇਹ ਜਿਹੜੇ ਛੋਟੇ ਛੋਟੇ ਕਮਰੇ ਬਣਾਏ ਆ ਇਹ ਜਿਹੜੇ ਭਿਕਸ਼ੂ ਤੇ ਪੁਜਾਰੀ ਤੇ ਮਹਾਤਮਾ ਬੁੱਧ ਦੇ ਉਹ ਉਹਨਾਂ ਕਮਰਿਆਂ 'ਚ ਛੋਟਿਆਂ ਛੋਟੇ 'ਚ ਬੈਠ ਕੇ ਜੀ ਆਪਣੀ ਪਾਠ ਪੂਜਾ ਨਿਤਨੇਮ ਕਰਨ ਦਾ ਅਭਿਆਸ ਜਿਹੜਾ ਥਾ ਉਹ ਕਰਦੇ تھے ਮੇਰਾ ਆਪਣਾ ਵਿਚਾਰ ਹੈ ਬਾਕੀ ਮੈਂ ਰਿਟਰਨ ਦੇ ਵਿੱਚ ਇਹਦਾ ਮੈਂ ਕੋਈ ਪ੍ਰੂਫ ਦੇਖਿਆ ਨਹੀਂ ਔਰ ਆਪਾਂ ਜਵੇਂ ਦੀ ਇਹ ਬਿਲਡਿੰਗ ਆ ਹੁਣ ਜਿਹੜੀ ਖੁਦਾਈ ਦੌਰਾਨ ਮਿਲੀ ਆ ਪਿੰਡ ਜਵੇਂ ਦੀ ਹੋਰ ਵੀ ਕੋਈ ਬਿਲਡਿੰਗ ਹੈ ਜਦੋਂ ਖੁਦਾਈ ਦੇ ਦੌਰਾਨ ਮਿਲੀ ਇਦਾਂ ਦੇ ਹੀ ਬੁੱਧ ਸਤੂਪਾ 11 ਨੰਬਰ ਸਾਈਡ ਆ ਹਾਈਵੇ ਰੋਡ ਤੇ ਜੀ ਜਿਹੜਾ ਕਿ ਮੇਰੀ ਆਪਣੀ ਜ਼ਮੀਨ ਦੇ ਵਿੱਚੋਂ ਹੀ ਨਿਕਲਿਆ ਅੱਛਾ ਜੀ ਤੇ ਉਹਦਾ ਫਿਰ ਕੀ ਇਤਿਹਾਸ ਆ ਮਤਲਬ ਉਹ ਵਾਲੀ ਵੀ ਇਹੀ ਇਤਿਹਾਸ ਅੱਛਾ ਸਹੀ ਸੇਮ ਆ ਉਹ ਸੇਮ ਹੈ ਇਦਾਂ ਦੇ ਹੀ ਨਕਸ਼ਾ ਉਹਦਾ ਐਸੀ ਤਰ੍ਹਾਂ ਇਹ ਇੱਥੇ 11 ਬੁੱਧ ਸਤੂਪੇ تھے ਅੱਛਾ ਜੀ ਟੋਟਲ ਮਤਲਬ ਪੂਰੇ ਪਿੰਡ ਦੇ ਵਿੱਚ 11 ਇਹ ਇਦਾਂ ਦੇ ਬੁੱਧ ਸਤੂਪੇ 11 ਥੇ ਜਿਹੜਾ ਕਿ ਚਾਈਨਾ ਦਾ ਇੱਕ ਟੂਰਿਸਟ ਆਇਆ ਥਾ ਬਹੁਤ ਪਹਿਲਾਂ ਜੀ 1886 ਦੇ ਵਿੱਚ ਲਗਭਗ 1886 ਦੇ ਵਿੱਚ ਚਾਈਨਾ ਦਾ ਟੂਰਿਸਟ ਆਇਆ ਥਾ ਉਹਦਾ ਨਾਮ ਮੇਰੇ ਯਾਦ ਨਹੀਂ ਹੈ ਕੀ ਹੈ ਤੇ ਉਸ ਨੇ ਕਿਤਾਬ ਲਿਖੀ ਥੀ ਉਹਦੇ ਵਿੱਚ ਉਸ ਨੇ ਲਿਖਤਾ ਉੱਤਰੀ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਮਹਾਤਮਾ ਬੁੱਧ ਦਾ ਧਰਮ ਦਾ ਕੇਂਦਰ ਰਿਹਾ ਜਿੱਦੇ ਕਿ 11 ਸਤੂਪੇ ਹੈ ਉਸ ਕਿਤਾਬ ਦੇ ਵਿੱਚ ਦਰਜ ਜਿਸ ਤਰ੍ਹਾਂ ਕਿ ਅਸੀਂ ਸੁਣਿਆ ਜੀ ਤੇ ਹੁਣ ਇਸ ਪਿੰਡ ਦੀ ਆਪਾਂ ਗੱਲ ਕਰੀਏ ਤਾਂ ਕਿਹੜੇ ਧਰਮ ਦੇ ਲੋਕ ਹੈ ਜਿਆਦਾ ਰਹਿੰਦੇ ਆ ਜਾਂ ਕਿਹੜੀ ਸਭਿਆਤਾ ਨਾਲ ਜੁੜੇ ਹੋਏ ਆ ਇੱਥੇ ਹੁਣ ਤਕਰੀਬਨ ਜਿਹੜੇ ਲੋਕ ਹੈ ਤਕਰੀਬਨ ਜਿਆਦਾ ਹਿੰਦੂ ਧਰਮ ਸਿੱਖ ਧਰਮ ਤੇ ਮੁਹੰਮਦ ਧਰਮ ਦੇ ਵੀ ਹੈ ਜੀ ਸਾਰੇ ਧਰਮਾਂ ਦੇ ਲੋਕ ਇੱਥੇ ਹੈ ਇਸ ਟਾਈਮ ਤੇ ਲੋਕਾਂ ਦਾ ਵਰਤਾਰਾ ਇੱਕ ਦੂਜੇ ਨਾਲ ਕਿਵੇਂ ਦਾ ਹੈ ਕਿੰਨੇ ਪ੍ਰੇਮ ਭਾਵ ਨਾਲ ਲੋਕ ਬਸਦੇ ਐ ਇਸ ਟਾਈਮ ਜਿੰਨੇ ਵੀ ਲੋਕ ਇੱਥੇ ਰਹਿੰਦੇ ਆ ਨਾ ਉਹ ਸਾਰਾਂ ਦਾ ਵਰਤਾਵਾ ਜਿਹੜਾ ਹੈ ਆਪਸ ਦੇ ਵਿੱਚ ਪ੍ਰੇਮ ਭਾਵ ਦਾ ਹੈ ਜਿਸ ਤਰ੍ਹਾਂ ਕਿ ਪਿੰਡ ਵਾਸੀਆਂ ਨੇ ਇਹ ਪੁਰਾਣੀ ਜਿਹੜੀ ਬਿਲਡਿੰਗ ਹੈਗੀ ਇਹਨੂੰ ਸੰਭਾਲ ਕੇ ਰੱਖਿਆ ਇੱਕ ਮਿਊਜ਼ੀਅਮ ਬਣਾਇਆ ਗਿਆ ਹਨਾ ਸਾਰੀਆਂ ਚੀਜ਼ਾਂ ਨੂੰ ਉੱਥੇ ਸੰਭਾਲ ਕੇ ਰੱਖਿਆ ਤੇ ਹੋਰ ਵੀ ਸੱਭਿਆਚਾਰ ਨਾਲ ਜੁੜੀਆਂ ਕੋਈ ਅਜਈਆਂ ਯਾਦਾਂ ਜਿਹੜੇ ਪਿੰਡ ਵਾਸੀਆਂ ਨੇ ਸੰਭਾਲ ਕੇ ਰੱਖੀਆਂ ਹੁਣ ਇਸ ਤੋਂ ਇਲਾਵਾ ਹੋਰ ਤਖਰ ਮੈਂ ਮੇਰੀ ਜਾਣਕਾਰੀ ਚ ਨਹੀਂ ਹੈ ਜਿਸ ਤਰ੍ਹਾਂ ਹੁਣ ਛੇਵੀਂ ਪਾਸ਼ਾਹੀ ਆਪਣੇ ਗੁਰੂ ਸੇ ਜਿਹੜੇ ਉਹਨਾਂ ਦੀ ਗੁਰਦੁਆਰਾ ਸਾਹਿਬ ਬਣਾਇਆ ਵਾ ਛੇਵੀਂ ਪਾਸ਼ਾਹੀ ਦਾ ਤੇ ਉਹ ਇਸ ਟਾਈਮ ਹੈ ਉਹਨਾਂ ਦਾ ਹਾਫੂ ਵੀ ਸੰਭਾਲ ਹੈ ਕਿ ਉਹਨਾਂ ਨੇ ਆ ਕੇ ਇੱਥੇ ਵਿਸ਼ਰਾਮ ਕੀਤਾ ਤਾਂ ਉਸ ਜਗ੍ਹਾ ਤੇ ਛੇਵੀਂ ਪਾਸ਼ਾਹੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਇਆ ਵਾ ਔਰ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਬਹੁਤ ਕੀਮਤੀ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਯਾਦ ਕੀਤਾ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਸਾਡਾ ਇਹ ਫਰਜ਼ ਬਣਦਾ ਤਾਂ ਤੁਹਾਨੂੰ ਜਿੰਨੀ ਕਿ ਜਾਣਕਾਰੀ ਮੈਨੂੰ ਆਉਣੀ ਕਿ ਦੇਣ ਦਾ ਸ਼ੁਕਰੀਆ ਤੇ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਰੰਗ ਪੰਜਾਬ ਦੇ ਔਰ ਅੱਜ ਅਸੀਂ ਪਹੁੰਚੇ ਹਾਂ ਉੱਚਾ ਪਿੰਡ ਸੰਗੋਲ ਕੀ ਆ ਪਿੰਡ ਵਿੱਚ ਹੋਰ ਮੌਜੂਦ ਆਓ ਚੱਲਦੇ ਹਾਂ ਤੇ ਦੇਖਦੇ ਹਾਂ ਜਿਹੜੀਆਂ ਖੁਦਾਈ ਦੇ ਦੌਰਾਨ ਪੁਰਾਤਨ ਵਸਤਾਂ ਮਿਲੀਆਂ ਉਹਨਾਂ ਨੂੰ ਪਿੰਡ ਵਿੱਚ ਬਨੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ ਤੇ ਫਿਰ ਇਹ ਜਾਣਨ ਲਈ ਕਿ ਕਿਹੜੀਆਂ ਵਸਤਾਂ ਖੁਦਾਈ ਦੇ ਦੌਰਾਨ ਮਿਲੀਆਂ ਅਸੀਂ ਪਹੁੰਚੇ ਮਿਊਜ਼ੀਅਮ ਤੇ ਉੱਥੋਂ ਦੇ ਇੰਚਾਰਜ ਸਰਦਾਰ ਗੁਰਸੇਵਕ ਸਿੰਘ ਨੂੰ ਮਿਲੇ ਤੇ ਉਹਨਾਂ ਦੇ ਦੱਸਣ ਮੁਤਾਬਕ ਪੱਥਰ ਦੀਆਂ ਵੱਖ-ਵੱਖ ਮੂਰਤੀਆਂ ਅਜਾਇਬ ਕਰਦੀਆਂ ਖੇਚ ਦਾ ਕੇਂਦਰ ਨੇ ਤੇ ਇਹਨਾਂ ਦੀ ਕੀਮਤ ਕਰੋੜਾਂ ਵਿੱਚ ਹੈ ਤੇ ਜਦ ਮਿਊਜ਼ੀਅਮ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਸੱਭਿਆਚਾਰਾਂ ਦੇ ਪਤਾ ਦਾ ਕਾਰਨ ਸਤਲੁਜ ਦਰਿਆ ਕਿਉਂਕਿ ਇਹ ਪਿੰਡ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਸੀ ਤੇ ਦੂਜਾ ਦੂਸਰੇ ਰਾਜਾ ਵੱਲੋਂ ਕੀਤੇ ਗਏ ਹਮਲੇ ਵੀ ਹੋ ਸਕਦੇ ਆ ਪਰ ਕੋਈ ਵੀ ਪੱਕਾ ਸਬੂਤ ਨਹੀਂ ਮਿਲਿਆ ਕਿ ਕੀ ਕਾਰਨ ਰਿਹਾ ਇਸ ਸਭਿਆਤਾ ਦੇ ਪਤਨ ਦਾ ਹੁਣ ਅਸੀਂ ਪਹੁੰਚੂਕਿਆਂ ਸੰਗੋਲ ਪਿੰਡ ਦੇ ਮਿਊਜ਼ੀਅਮ ਵਿੱਚ ਖੁਦਾਈ ਦੌਰਾਨ ਜਿਹੜੀਆਂ ਵਸਤਾਂ ਸੀਗੀਆਂ ਨਿਕਲੀਆਂ ਉਤੋਂ ਇਸ ਮਿਊਜ਼ੀਅਮ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਔਰ ਇਸ ਮਿਊਜ਼ੀਅਮ ਦੇ ਜਿਹੜੇ ਇੰਚਾਰਜ ਹੈ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਖੁਦਾਈ ਦੌਰਾਨ ਕਿਹੜੀਆਂ-ਕਿਹੜੀਆਂ ਵਸਤਾਂ ਮਿਲੀਆਂ ਔਰ ਕਿਸ ਤਰ੍ਹਾਂ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਖੁਦਾਈ ਹੋਈ ਹੈ ਹਨਾ ਉੱਥੇ ਮਤਲਬ ਕਿਹੜੀ-ਕਿਹੜੀ ਸੱਭਿਆਤਾ ਨਾਲ ਜੁੜਿਆ ਜਿਹੜਾ ਉਹ ਸਮਾਨ ਮਿਲਿਆ ਇਹ ਤੇ ਖੋਦਾਈ ਹੋਈ ਲਗ ਲਗ ਪੇੜ ਦੇ ਵਿੱਚ ਹੋਈ ਹੈ ਇੱਕੋ ਜਗ੍ਹਾ ਇੱਕੋ ਵਾਰ ਸੇ ਨਹੀਂ ਖੋਦਾਈ ਨਹੀਂ ਹੋਈ ਕਿਉਂਕਿ ਗ੍ਰਾਂਟ ਆਂਦੀ ਸੀ ਹੁੰਦੇ ਸੀ ਇਹਦੇ ਵਿੱਚ ਸਾਨੂੰ ਸਭ ਸਭ ਤੋਂ ਜਿਹੜੀ ਪੁਰਾਣੀ ਸਭਿਤਾ ਹੈ ਕਲਚਰ ਆਪਣੇ ਪੂਰੇ ਵਰਲਡ ਦੇ ਵਿੱਚ ਹੈ ਆਪਣਾ ਕਹਿੰਦੇ ਵੀ ਹੜੱਪਾ ਪੇੜ ਹੈ ਸਿੰਧ ਘਾਟੀ ਕਹਿੰਦੇ ਆ ਆਪਾਂ ਨੂੰ ਉਸ ਦਾ ਸਮਾਨ ਮਿਲਿਆ ਹਮ ਆਪ ਨੂੰ ਇਥੇ ਪੂਰੇ ਵਰਲਡ ਦੇ ਵਿੱਚ ਸਿਰਫ ਸੰਗੋਲ ਹੀ ਐਸਾ ਮਿਊਜ਼ੀਅਮ ਹੈ ਜਾਂ ਇਸ ਸੰਗੋਲ ਹੀ ਐਸੀ ਸਾਈਟ ਹੈ ਜਿੱਥੇ ਤੁਹਾਨੂੰ ਹਰੇਕ ਪੀਰੀਅਡ ਦਾ ਸਮਾਨ ਮਿਲ ਜੇਗਾ ਇਹ ਵਿਦਾਊਟ ਸੰਗੋਲ ਹੋਰ ਤੁਹਾਨੂੰ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਸਮਾਨ ਨਹੀਂ ਮਿਲੇਗਾ ਸਭ ਤੋਂ ਮੇਨ ਇੰਪੋਰਟੈਂਟ ਸੰਗੋਲ ਦੀ ਗੱਲ ਇਹ ਹੈ ਇੱਥੇ ਆਪਣੇ ਕੋਲੇ ਸੰਗੋਲ ਦੇ ਵਿੱਚ ਹੜੱਪਾ ਪੀਰੀਅਡ ਲੇਟ ਹੜੱਪਾ ਪੀੜ ਇਹ ਸ਼ੁੰਗ ਸ਼ੁੰਗ ਕੁਸ਼ਾਨ ਪੀਰੀਅਡ ਦਾ ਹੋ ਗਿਆ ਗੁਪਤਾ ਪੀੜ ਹੋ ਗਿਆ ਮੋਗਲ ਪੀੜ ਹੋ ਗਿਆ ਬ੍ਰਿਟਿਸ਼ ਪੀੜ ਹੋ ਗਿਆ ਇਹਨਾਂ ਦੇ ਆਪਣੇ ਕੋਲ ਇਹਨਾਂ ਦਾ ਸਾਰੇ ਆਬਜੈਕਟਸ ਮਿਲਦੇ ਆ ਸਾਰੇ ਆਪਾਂ ਨੂੰ ਇੱਥੋਂ ਦੇ ਹਰੇਕ ਮੈਂ ਕਹਿੰਦਾ ਮਤਲਬ ਹੀ ਹਰੇਕ ਪੀਰੀਅਡ ਦਾ ਸਮਾਨ ਆਪਾਂ ਨੂੰ ਇੱਥੇ ਮਿਲਦਾ ਜੀ ਔਰ ਸਰ ਇਹ ਮਿਊਜ਼ੀਅਮ ਕਦੋਂ ਬਣਿਆ ਐਮਿਸਮ 90 ਵਿੱਚ ਬਣਿਆ ਸੀਗਾ ਜੀ ਤੇ ਉਸ ਤੋਂ ਪਹਿਲਾਂ ਜਦੋਂ ਖੁਦਾਈ ਹੋ ਰਹੀ ਸੀ ਉਸ ਟਾਈਮ ਪਿੰਡ ਦੇ ਅੰਦਰ ਇੱਕ ਵੈਸੇ ਬਣਾਇਆ ਹੋਇਆ ਸੀ ਟੈਂਪਰੇਰੀ ਬਣਾਇਆ ਸੀ ਜਿਹੜਾ ਪਰਮਾਨੈਂਟ ਹੁਣ ਬਣਿਆ ਜਿਹੜਾ ਉਹ 90 ਵਿੱਚ ਬਣਿਆ ਜੀ 1990 ਦੇ ਵਿੱਚ ਬਣਿਆ ਜੀ ਅਰੇ ਸਰ ਜਿਵੇਂ ਉੱਥੇ ਜਿਹੜੀਆਂ ਚੀਜ਼ਾਂ ਮਿਲੀਆਂ ਹਨਾ ਉਹਨਾਂ 'ਚ ਕੀ ਗਹਿਣੇ ਸੀ ਮੂਰਤੀਆਂ ਸੀ ਕੀ ਕੀ ਮਿਲਿਆ ਉਹਨਾਂ 'ਚੋਂ ਕਿ ਹੜਪਾ ਪੇਟ ਦੇ ਵਿੱਚ ਤਾਂ ਸਰ ਆਪਾਂ ਨੂੰ ਪੋਟਰੀ ਮਿਲਦੀ ਹੈ ਮੇਨ ਤਾਂ ਹੈ ਜੀ ਤੇ ਹੜੱਪਾ ਪੇੜ ਦੇ ਵਿੱਚ ਪੋਰਟੇ ਤੋਂ ਇਲਾਵਾ ਇਹ 92 ਸੋਨੇ ਦੇ 92 ਸੋਨੇ ਦੇ ਬ੍ਰਿਕ ਮੰਨ ਕੇ ਮਿਲੇ ਨੇ ਉਹ ਉੱਪਰ ਸ਼ੋਅ ਕੇ ਇਹਦੇ ਵਿੱਚ ਰੱਖੇ ਹੋਏ ਹੈ ਜੀ ਤੇ ਉਸ ਤੋਂ ਇਲਾਵਾ ਆਪਣੋ ਕੁਸ਼ਾਨ ਪੇੜ ਦਾ ਤੇ ਗੁਪਤਾ ਪੇੜ ਦੇ ਆਪਣ ਕੁਸ਼ਾਨ ਪੇੜ ਦੇ ਸਾਨੂੰ ਉੱਥੇ ਸਕਲਪਚਰ ਮੂਰਤੀਆਂ ਨੇ ਜਿਹੜੀ ਮੇਨ ਸਭ ਤੋਂ ਮੇਨ ਆ ਇੱਥੇ ਤੇ ਇੱਕ ਟੋਟਲ ਮੂਰਤੀਆਂ ਕਾਪਿੰਗ ਸਟੋਨ ਤੇ ਕਰੋਸ ਬਾਰ ਜੀ ਇਹ ਟੋਟਲ ਨਾ ਦੀ ਟੋਟਲ ਕਾਊਂਟਿੰਗ ਜਿਹੜੀ ਹੋਈ ਹੈ ਸਾਨੂੰ 117 ਮਿਲੇ ਇੱਥੇ ਤੋੜੇ ਸਾਰੇ ਮਿਲਾ ਕੇ ਜੀ ਤੇ ਉਹ ਸਾਰੇ ਇੱਥੇ ਹੀ ਡਿਸਪਲੇ ਕੀਤੇ ਹੋਏ ਆ ਤੇ ਸਭ ਤੋਂ ਮੇਨ ਸਾਡਾ ਖਜ਼ਾਨਾ ਜਿਹੜਾ ਸਭ ਤੋਂ ਮੇਨ ਹੈ ਇਹ ਉਹੀ ਹੈ ਵੀ ਤੇ ਜਿਹੜੇ ਮੂਰਤੀਆਂ ਮਿਲਿਆ ਨੇ ਸਾਨੂੰ ਆਪਣ ਨੂੰ ਜੀ ਉਸ ਤੋਂ ਇਲਾਵਾ ਕੁਸ਼ਾਨ ਪੀੜ ਤੋਂ ਇਲਾਵਾ ਫਿਰ ਗੁਪਤਾ ਪੀੜ ਦੀ ਪੋਟਰੀ ਇੱਥੇ ਹਾਂ ਐਂਡ ਕੋਇਨਸ ਮਿਲੇ ਇੱਥੇ ਸਾਨੂੰ ਉੱਤੇ ਉਹ ਕੁਸ਼ਾਨ ਪੀੜ ਦੇ ਆ ਗੁਪਤਾ ਪੀੜ ਦੇ ਆ ਤੇ ਮੁਗਲ ਮੁਗਲ ਪੀੜ ਦੇ ਵੀ ਆਪਨੂੰ ਕੁਝ ਸਮਾਨ ਮਿਲਦਾ ਇੱਥੇ ਤੇ ਇਸ ਤੋਂ ਇਲਾਵਾ ਬ੍ਰਿਟਿਸ਼ ਪੀੜ ਦੇ ਵੀ ਕੁਝ ਸਮਾਨ ਆਇਆ ਤੇ ਬੈਂਗਲ ਪੀਸ ਜਿਹੜੇ ਤੇ ਬੈਂਗਲਸ ਐ ਉਹ ਵੀ ਆਪਣੇ ਕੋਲੇ ਇੱਥੇ ਹੜੱਪਾ ਪੀੜ ਦੇ ਬੈਂਗਲਸ ਪੀਸ ਪਏ ਹਨ ਔਰ ਕਿਤੇ ਉਹਨਾਂ ਦੇ ਕਿਤੇ ਕੋਈ ਲਿਪੀ ਯੂਜ਼ ਕੀਤੀ ਹੋਈ ਹੈ ਕਿਉਂ ਕਿ ਕਿਹੜੀ ਲਿਪੀ ਦੀ ਵਰਤੋਂ ਕਰਦੇ ਸੀ ਉਸ ਟਾਈਮ ਹੜੱਪਾ ਪੇੜ ਦੇ ਦੌਰ ਸਮੇਂ ਲੈਂਗੁਏਜ ਹੈ ਪਰ ਸਾਨੂੰ ਹਾਲ ਤੱਕ ਕੋਈ ਸਮਝ ਨਹੀਂ ਆਈ ਹੈ ਕਿ ਇਹ ਕਿਹੜੀ ਲਿਪੀ ਸੀ ਕੀ ਹੈ ਇੰਨਾ ਜੁਰਾ ਵੀ ਇਹ ਲੈਫਟ ਤੋਂ ਰਾਈਟ ਜਸ ਜਿਸ ਤਰ੍ਹਾਂ ਆਪਾਂ ਹਿੰਦੀ ਪੰਜਾਬੀ ਇੰਗਲਿਸ਼ ਲਿਖਦੇ ਆ ਉਸ ਤਰ੍ਹਾਂ ਦੀ ਕੋਈ ਹੈ ਇਹਨਾਂ ਦੀ ਪਰ ਹਾਲ ਤੱਕ ਇਹ ਸਮਝ ਨਹੀਂ ਆਈ ਹੈਗੀ ਵੀ ਉਸ ਤਰ੍ਹਾਂ ਦੀ ਚੋਰ ਲੈਂ ਪੜੀ ਨਹੀਂ ਜਾ ਸਕਦੀ ਪੜੀ ਨਹੀਂ ਜਾ ਸਕਦੀ ਅਰ ਇੱਥੇ ਕਿੰਨੇ ਕੁ ਲੋਕ ਹੈ ਜਿਹੜੇ ਬਾਹਰ ਤੋਂ ਮਿਊਜ਼ੀਅਮ ਦੇਖਣ ਆਉਂਦੇ ਆ ਇੱਥੇ ਇਹਨਾਂ ਦਾ ਡਿਊਰਿੰਗ ਜਿਸ ਤਰ੍ਹਾਂ ਮੌਸਮ ਦੇ ਟਿਪੈਂਡ ਕਰਦਾ ਹੈ ਜਿਵੇਂ ਜਿਆਦਾ ਗਰਮੀ ਚ ਜਾਂ ਬਰਸਾਤ ਚ ਥੋੜਾ ਘਟ ਜਾਂਦਾ ਹੈ ਵੈਸੇ ਰੂਟੀਨ ਦੇ ਵਿੱਚ ਜਿੱਥੇ ਵਿਦਿਕ ਟੂਰ ਮੋਸਟਲੀ ਜ਼ਿਆਦੇ ਆਉਂਦੇ ਆ ਤੇ ਵੀਆਈਪੀਸ ਤੇ ਸਾਡੇ ਕੋਲ ਜਿਹੜੇ ਫੋਰਨਰ ਆਉਂਦੇ ਆ ਖਾਸ ਕਰਕੇ ਜਿਹੜੇ ਜਪਾਨੀਸ ਜਿਹੜੇ ਆ ਕਿ ਬੋਥੀ ਆ ਉਹ ਤਾਂ ਇੱਕ ਵਾਰ ਜੇ ਅੰਦਰ ਐਂਟਰ ਕਰਦੇ ਆ ਤਾਂ ਸਾਰਾ ਦਿਨ ਪੂਰਾ ਦੇਖਦੇ ਆ ਜੀ ਉਹਨਾਂ ਦੀ ਵਰਡਿੰਗ ਹੈ ਵੀ ਤੁਸੀਂ ਇੱਥੇ ਸਮੁੰਦਰ 'ਚ ਬੈਠੇ ਹੋ ਤੁਹਾਨੂੰ ਪਰ ਇਸ ਦੀ ਕਦਰ ਨਹੀਂ ਜੀ ਬਿਲਕੁਲ ਕਿਉਂਕਿ ਇਸ ਮਿਊਜ਼ੀਅਮ ਦੇ ਅੰਦਰ ਹੀ ਪੂਰਾ ਜਿਹੜਾ ਕਲਚਰ ਹੈ ਇਹ ਨਹੀਂ ਕਿਸੇ ਇੱਕ ਸੱਭਿਆਤਾ ਦਾ ਹੈਗਾ ਸਾਰੇ ਸੱਭਿਆਤਾ ਦੇ ਕਲਚਰ ਨੂੰ ਇਸ ਮਿਊਜ਼ੀਅਮ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਹਾਂਜੀ ਮੋਸਟਲੀ ਇਹ ਬੁੱਧਿਜ਼ਮ ਨੂੰ ਜਾਦੇ ਪ੍ਰਿਫਰ ਕਰਦੀ ਹੈ ਜੀ ਤੇ ਫਿਰ ਉਹ ਕਿੱਦਾਂ ਮਤਲਬ ਜੇ ਕੋਈ ਦੇਖਣਾ ਚਾਹੁੰਦਾ ਹੈ ਕਿਵੇਂ ਮਤਲਬ ਮਿਊਜ਼ੀਅਮ ਨੂੰ ਦੇਖਣ ਲਈ ਕੀ ਫਾਰਮੈਲਿਟੀਜ਼ ਹਨ ਕਿੱਦਾਂ ਦੇਖ ਸਕਦਾ ਓਪਨਲੀ ਜੇਕਰ ਮਿਊਜ਼ੀਅਮ ਦੇਖਣਾ ਹੈ ਫਿਰ ਤਾਂ ਮੋਸਟ ਵੈਲਕਮ ਜਦੋਂ ਮਰਜੀ ਆਓ ਆਪਣਾ 10 ਤੋਂ 5 ਵਜੇ ਤੱਕ ਟਾਈਮ ਹੈ ਮੰਡੇ ਕਲੋਜ਼ਡ ਐਂਡ ਗਸਟਰਡੇ ਹੋਲਿਡੇ ਕਲੋਜ਼ ਹੈ ਜੇ ਅਗਰ ਫੋਟੋਗ੍ਰਾਫੀ ਜਾਂ ਸ਼ੂਟਿੰਗ ਕਰਨੀ ਹੈ ਉਹਦੇ ਵਾਸਤੇ ਉਹਨਾਂ ਨੂੰ ਹੈੱਡ ਆਫਿਸ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਜੀ ਔਰ ਸਰ ਉੱਥੇ ਨਾ ਆਪਾਂ ਜਦੋਂ ਖੁਦਾਈ ਜਿੱਥੇ ਕੀਤੀ ਹੋਈ ਆ ਉੱਥੇ ਆਪਾਂ ਇੱਕ ਬਿਲਡਿੰਗ ਦੇਖੀ ਜਿਵੇਂ ਅਸ਼ੋਕ ਚੱਕਰ ਟਾਈਪ ਆਫ ਬਿਲਡਿੰਗ ਬਣੀ ਹੋਈ ਸੀ ਨਾ ਇੱਕ ਪੁਰਾਣੀ ਉਹ ਜਿਹੜੀ ਖੁਦਾਈ ਦੌਰਾਨ ਮਿਲੀ ਆ ਉਸ ਬਿਲਡਿੰਗ ਦਾ ਕੀ ਮਤਲਬ ਹਿਸਟਰੀ ਰਹੀ ਹੈ ਉਹ ਸਤੂਪ ਹੈ ਹੂੰ ਉਹ ਸਤੂਪ ਹੈ ਜੀ ਔਰ ਆਪਾਂ ਦੇਖ ਸਕਦੇ ਹਾਂ ਕਿ ਪਿੱਛੇ ਜਿਹੜਾ ਬਣੀ ਹੋਈ ਇਹ ਵਾਲੀ ਬਿਲਡਿੰਗ ਇਹ ਸਤੂਪ ਹੈ ਬੋਧੀ ਸਤੂਪ ਹੈ ਇਹ ਇਹ ਆਪਣਾ ਰਾਜਾ ਸ਼ੋਕ ਨੇ ਆਪਣੇ ਪੇੜ ਦੇ ਵਿੱਚ 84000 ਬਣਵਾਏ ਸੀਗੇ ਜੀ ਜਦੋਂ ਕਿਸੇ ਕੋਈ ਵੀਆਈਪੀ ਦੀ ਕਿਸੇ ਦੀ ਡੈਥ ਹੋ ਜਾਂਦੀ ਸੀ ਉਹਨਾਂ ਦੇ ਯਾਦ ਵਿੱਚ ਉਹਨਾਂ ਦੇ ਇਹ ਬਣਾਏ ਜਾਂਦੇ ਸੀ ਕਿ ਉਹਨਾਂ ਦੀ ਯਾਨਕਿ ਬੋਡੀ ਨੂੰ ਜਿਸ ਤਰ੍ਹਾਂ ਜਲ ਆਪਣਾ ਅਗਨੀ ਪੇੜ ਕਰਨ ਤੋਂ ਬਾਅਦ ਜੋ ਉਹਨਾਂ ਦੀ ਹਸਤੀ ਹੁੰਦੀ ਸੀ ਉਹਨਾਂ ਨੂੰ ਵਿੱਚ ਦਬਾ ਇੱਥੇ ਸੈਂਟਰ ਪੁਆਇੰਟ ਦਬਾਉਂਦੇ ਸੀ ਤੇ ਉਹਨਾਂ ਦੇ ਫਿਰ ਉਹਨਾਂ ਦੀ ਯਾਦ ਵਿੱਚ ਇਹ ਸਾਰਾ ਸਤੂਪ ਬਣਾਉਂਦੇ ਸੀ ਤੇ ਸਰ ਇਹ ਉੱਥੇ ਪਤਾ ਲੱਗਦਾ ਵੀ ਉਹ ਬਿਲਡਿੰਗਾਂ ਕਿਵੇਂ ਦੀਆਂ ਬਣਾਉਂਦੇ ਸੀਗੇ ਮਤਲਬ ਖਦਾਈ ਦੌਰਾਨੇ ਪਤਾ ਲੱਗਿਆ ਕਿ ਉਹਨਾਂ ਦੀਆਂ ਬਿਲਡਿੰਗਾਂ ਕਮਰੇ ਵਗੈਰਾ ਕਿਵੇਂ ਦੇ ਹੁੰਦੇ ਸੀਗੇ ਉਹ ਸਾਰਾ ਕੁਝ ਔਰ ਉੱਥੇ ਤੇ ਉਸ ਟਾਈਮ ਦੇ ਬਣਾਉਣ ਤੇ ਡਿਪੈਂਡ ਕਰਦਾ ਸੀਗਾ ਵੀ ਵੀਆਈਪੀ ਕਿੰਨਾ ਕੁ ਵੀਆਈਪੀ ਸੀ ਜਾਂ ਉੱਥੇ ਪਬਲਿਕ ਕਿੰਨਾ ਖਰਚਾ ਕਰਦੀ ਸੀ ਉਸ ਦਾ ਕੋਈ ਵੱਡਾ ਵੀ ਹੁੰਦਾ ਸੀ ਕੋਈ ਛੋਟਾ ਵੀ ਹੁੰਦਾ ਸੀਗਾ ਜਿਹੜੇ ਵੱਡੇ ਹੁੰਦੇ ਸੀ ਉਹਦੇ ਵਿੱਚ ਅੰਦਰ ਰੂਮਸ ਵੀ ਹੁੰਦੇ ਸੀ ਉਹ ਅੰਦਰ ਬੈਠ ਕੇ ਆਪਣੀ ਭਜਨ ਵੀ ਕਰਦੇ ਸੀ ਜਾਂ ਹੋਰ ਉੱਥੇ ਰਹਿੰਦੇ ਵੀ ਸੀਗੇ ਕੋਈ ਛੋਟੇ ਵੀ ਸੀਗੇ ਉਹ ਸਿਰਫ ਸਿਰਫ ਵਰਸ਼ੀਵ ਵਾਸਤੇ ਜਸਟ ਲਾਈਕ ਰੱਖੇ ਹੋਏ ਸੀ ਕਿ ਭਈ ਛੋਟੇ ਵੱਡੇ ਸੀ ਇਹ ਟੋਟਲ ਇਹਨਾਂ ਦੀ ਗਿਣਤੀ ਆਲ ਇੰਡੀਆ 84000 ਸੀ ਜੀ ਔਰ ਇਹ ਪਿੰਡ ਚੋਂ ਕਿੰਨੇ ਮਿਲੇ ਇਸ ਪਿੰਡ ਦੇ ਵਿੱਚੋਂ ਸਾਨੂੰ ਇਸ ਤਰ੍ਹਾਂ 2 ਮਿਲੇ ਆ ਜੀ ਹੋਰ ਵੀ ਮਿਲਣ ਦੇ ਚਾਂਸ ਹੈ ਜੇਕਰ ਸਰਕਾਰ ਜੇਕਰ ਇਸ ਵੱਲ ਧਿਆਨ ਦੇਵੇ ਕਿਉਂਕਿ ਇਸ ਦੇ ਪਰ ਖਰਚਾ ਬਹੁਤ ਆਇਆ ਜੀ ਤਾਂ ਇਸ ਦਾ ਕੇਵਲ ਖਰਚੇ ਤੇ ਹੋਮ ਕਰਕੇ ਵੀ ਹੋ ਸਕਦਾ ਵੀ ਕੁਝ ਪ੍ਰੋਬਲਮ ਆਂਦੀ ਹੋਵੇ ਬਸ ਇਹ ਕਹਿੰਦੇ ਆ ਕਿ ਕਹਿੰਦੇ ਸ਼ਾਇਦ ਇਸ ਪਿੰਡ ਇਹਦੇ ਪਿੰਡ ਦੇ ਆਲੇ ਦਲੇ ਨੇੜੇ ਇੱਕ ਜਾਂ ਦੋ ਹੋਰ ਸਥੂਪ ਹੈ ਔਰ ਤੁਸੀਂ ਸਰ ਜਿਸ ਤਰ੍ਹਾਂ ਕਿ ਦੱਸਿਆ ਕਿ ਜਦੋਂ ਵੀ ਕਿਤੇ ਵੀ ਆਪਾਂ ਪਿੰਡ ਇਹੋ ਜਿਹਾ ਹੈਗਾ ਵੀ ਕਿਤੇ ਵੀ ਖੁਦਾਈ ਕਰੀਏ ਕੁਛ ਨਾ ਕੁਛ ਪੁਰਾਣੀ ਚੀਜ਼ ਜਿਹੜੀ ਮਿਲ ਜਾਂਦੀ ਹੈ ਨਾ ਤੇ ਫਿਰ ਜਿਵੇਂ ਮੰਨ ਲਓ ਕੋਈ ਕਿਸਾਨ ਆ ਉਹ ਖੇਤੀ ਕਰ ਰਿਹਾ ਉਹਨੂੰ ਖੇਤ ਚੋਂ ਕੁਛ ਮਿਲ ਜਾਂਦਾ ਉਹ ਤੁਹਾਨੂੰ ਦੇ ਜਾਂਦੇ ਆ ਮਿਊਜ਼ੀਅਮ ਵਿੱਚ ਰੱਖਣ ਵਾਸਤੇ ਆਪਣੇ ਆਪ ਦੇ ਜਾਂਦੇ ਆ ਮੈਸੇਜ ਜੇ ਨਾ ਪਤਾ ਲੱਗੇ ਤਾਂ ਫਿਰ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਆ ਔਰ ਫਿਰ ਇਸ ਦੀ ਕੀ ਹੋਏ ਫਿਰ ਆਪਣੇ ਆਪ ਦੇ ਜਾਂਦੇ ਆ ਫਿਰ ਉਹ ਜੀ ਤੇ ਸਰਕਾਰ ਨੇ ਕੁਝ ਰੂਲ ਬਣਾਏ ਇਦਾਂ ਦੇ ਵੀ ਜਿਵੇਂ ਕੁਛ ਵੀ ਕਿਸੇ ਦੇ ਖੇਤ ਚੋਂ ਮਿਲਦਾ ਘਰੇ ਕੋਈ ਖੁਦਾਈ ਕਰ ਰਿਹਾ ਉਹ ਚੀਜ਼ਾਂ ਮਿਲੀਆਂ ਉਹਦੇ ਲਈ ਆਣੀ ਸਰਕਾਰ ਦੇ ਨੂੰ ਰੂਲ ਬਣਾਇਆ ਵੀ ਤੇ ਜ਼ਮੀਨ ਤੋਂ ਚਾਹੇ ਤੁਹਾਡੀ ਆਪਣੀ ਪਰਸਨਲ ਲੈਂਡ ਹੈ ਜਾਂ ਤੁਹਾਡੀ ਆਪਣੀ ਪਰਸਨਲ ਕੋਈ ਵੀ ਕੋਠੀ ਹੈ ਜਾਂ ਕੁਝ ਵੀ ਹੈ ਉਹਦੇ 4 ਫੁੱਟ ਨੀਚੇ ਤੋਂ ਕੋਈ ਵੀ ਚੀਜ਼ ਮਿਲਦੀ ਹੈ ਸਰਕਾਰੀ ਹੈ ਜੀ ਤੇ ਇਵਨ ਕਿ ਹੁਣ 100 ਸਾਲ ਪੁਰਾਣੀ ਬਿਲਡਿੰਗ ਹੈ ਉਹਨੂੰ ਕੋਈ ਕੋਈ ਰਿਪੇਅਰ ਨਹੀਂ ਕਰਾ ਸਕਦੇ ਇਸ ਇਸ ਵਾਸਤੇ ਵੀ ਤੁਹਾਨੂੰ ਆਪਣੇ ਸਰਕਾਰ ਕੋਲੋਂ ਪਰਮਾਨਗੀ ਲੈਣੀ ਪੈਗੀ ਜੀ ਤੇ ਤੁਸੀਂ ਇਹ ਮਿਊਜ਼ੀਅਮ ਦੇ ਰੱਖ-ਰਖਾਵ ਲਈ ਤੁਹਾਡੇ ਦੁਆਰਾ ਤੇ ਜਿਹੜੀ ਪੰਜਾਬ ਸਰਕਾਰ ਦੇ ਅੰਦਰ ਕੀ ਕੀ ਕਦਮ ਉਠਾਏ ਜਾ ਰਹੇ ਆ ਕਦਮ ਤਾਂ ਹੁਣ ਸਵੇ ਹੈ ਵੀ ਹੁਣ ਸਾਹਮਣੇ ਫਲਾਈਓਵਰ ਬਣ ਗਿਆ ਇਸ ਸਕੇ ਪ੍ਰੋਬਲਮ ਬਹੁਤ ਪ੍ਰੋਬਲਮ ਆ ਰਹੀ ਹੈ ਵੀ ਕਿਉਂਕਿ ਦੀ ਆਪਣੀ ਜਿਹੜੀ ਵਿਸਟਰ ਸੀ ਇਹਨਾਂ ਦੀ ਜਿਹੜੀ ਕਾਊਂਟਿੰਗ ਬਹੁਤ ਜ਼ਿਆਦਾ ਘਟ ਗਈ ਜੀ ਦੇਖੋ ਹੁਣ ਸਰਕਾਰ ਉਸਾਰ ਕੀ ਕਰ ਰਹੀ ਹੈ ਵੀ ਦੋ ਹਲੇ ਪਲਾਨ ਬਣਾ ਰਹੀ ਹੈ ਸ਼ਾਇਦ ਇਹਦੀ ਬੈਕ ਸਾਈਡ ਤੇ ਸਾਡੇ ਕੋਲੇ 2.5 ਕਿਲੇ ਜਗ੍ਹਾ ਹੈਗੀ ਹੈ ਇੱਥੇ ਹੋਰ ਲੈ ਕੇ ਇਸ ਪਰਚੇਸ ਕਰਕੇ ਬਣਾਉਣ ਨੂੰ ਕਹਿ ਰਹੇ ਆ ਅਦਰਵਾਈਜ਼ ਇੱਕ ਮੇਨ ਰੋਡ ਦੇ ਪਾਸ ਸਥੂਪ ਹੈ ਉਹਦੇ ਨਾਲ ਜਗ੍ਹਾ ਹੈ ਜਾਂ ਉੱਥੇ ਪਰਚੇਸ ਕਰਕੇ ਦੇਖੋ ਫਿਰ ਬਣਾਉਣ ਦੇ ਚਾਂਸ ਸੀ ਔਰ ਆਪਾਂ ਸਰ ਦੇਖਿਆ ਕਿ ਇਹਦੇ ਨਾਲ ਹੀ ਦਾਣਾ ਮੰਡੀ ਵੀ ਆ ਹਨਾ ਤੇ ਉਹਦੀ ਜਿਵੇਂ ਡਸਟ ਵਗੈਰਾ ਜਾਂ ਕੋਈ ਉਹ ਦਾਣਾ ਮੰਡੀ ਕਰਕੇ ਮਿਊਜ਼ੀਅਮ ਲਈ ਕੋਈ ਪ੍ਰੋਬਲਮਸ ਆਉਂਦੀਆਂ ਆਉਂਦੀਆਂ ਜੀ ਉਸ ਕਰਕੇ ਵੀ ਥੋੜੀ ਆਉਂਦੀਆਂ ਜਦੋਂ ਅਨਾਜ ਮੰਡੀ ਲੱਗੀ ਹੁੰਦੀ ਹੈ ਉਸ ਟਾਈਮ ਫਿਰ ਪੂਰੀ ਭਰੀ ਹੁੰਦੀ ਹੈ ਤੇ ਅੰਦਰ ਡਸਟ ਵੀ ਅੰਦਰ ਆਉਂਦੀ ਹੈ ਉਸ ਕਰਕੇ ਥੋੜੀ ਪ੍ਰੋਬਲਮ ਆਉਂਦੀ ਹੈ ਤੇ ਉਸ ਟਾਈਮ ਪਬਲਿਕ ਦੀ ਵੀ ਕਾਊਂਟਿੰਗ ਘਟ ਜਾਂਦੀ ਹੈ ਪਤਾ ਨਹੀਂ ਲੱਗਦਾ ਕਿਉਂਕਿ ਰਸ਼ ਬਹੁਤ ਹੋ ਜਾਂਦਾ ਤੇ ਜਾਮ ਲੱਗ ਜਾਂਦਾ ਤੇ ਫਿਰ ਆਨ ਜਾਣ ਚ ਨਾਣ ਬੜੀ ਦਿੱਕਤ ਆਉਂਦੀ ਹੈ ਔਰ ਪਿੰਡ ਦੇ ਲੋਕ ਹੋਰ ਕੋਈ ਸਹਿਯੋਗ ਦਿੰਦੇ ਆ ਮਤਲਬ ਮਿਊਜ਼ੀਅਮ ਪਿੰਡ ਦੇ ਜਿਹੜੇ ਸਾਡੇ ਸਰਪੰਚ ਸਾਹਿਬ ਹੈ ਤੇ ਆਪਣੇ ਜਿਹੜੇ ਸਾਹਮਣੇ ਕਾਲਜ ਤੋਂ ਆਪਣਾ ਸਾਹਮਣੇ ਨਵਾਂ ਕਾਲਜ ਬਣਿਆ ਹੈ ਇਹਨੇ ਵੀ ਸਾਰਾ ਸਾਥ ਦਿੰਦੇ ਆ ਤੇ ਆਪਣਾ ਸਾਡਾ ਪ੍ਰਸ਼ਾਸਨ ਜਿਵੇਂ ਐਸ ਡੀ ਐਮ ਸਾਹਿਬ ਹੈ ਡੀ ਸੀ ਸਾਹਿਬ ਹੈ ਉਹ ਵੀ ਪੂਰਾ ਸਾਥ ਦਿੰਦੇ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਕੁਝ ਹੁੰਦਾ ਤਾਂ ਉਹ ਦੱਸਦੇ ਆ ਕਰਦੇ ਆ ਥੈਂਕ ਯੂ ਸੋ ਮਚ ਸਰ ਤੁਸੀਂ ਇੰਨੀ ਜਿਹੜੀ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਉਹਦੇ ਲਈ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੇ ਅੱਜ ਇਹ ਪਿੰਡ ਦਾ ਪੂਰਾ ਵਿਕਾਸ ਹੋ ਚੁੱਕਿਆ ਹੈ ਪਿੰਡ ਦੇਖਣ ਤੋਂ ਬਿਲਕੁਲ ਸ਼ਹਿਰ ਦੀ ਤਰ੍ਹਾਂ ਲੱਗਦਾ ਹੈ ਪਿੰਡ ਸਾਫ਼-ਸੁਥਰਾ ਅਤੇ ਗਲੀਆਂ ਉੱਚੀਆਂ ਨੇ ਹਰ ਤਰ੍ਹਾਂ ਦਾ ਸਮਾਨ ਪਿੰਡ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਫਲਾਂ ਤੋਂ ਲੈ ਕੇ ਕੱਪੜਿਆਂ ਤੱਕ ਹਰ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਮਿਲਦੀਆਂ ਨੇ। Hindu, Muslim, Sikh ਤੇ ਈਸਾਈ ਭਾਈਚਾਰੇ ਦੀ ਆਪਸ ਵਿੱਚ ਡੂੰਗੀ ਸਾਂਝ ਹੈ ਤੇ ਲੋਕ ਮਿਲ-ਜੁਲ ਕੇ ਰਹਿੰਦੇ ਨੇ। ਤੇ ਇਸ ਪਿੰਡ ਵਿੱਚ ਜਦ 1982 ਵਿੱਚ ਖੁਦਾਈ ਕੀਤੀ ਗਈ ਤਾਂ ਉਸ ਸਮੇਂ ਇਸ ਪਿੰਡ ਦੇ ਨਿਵਾਸੀ ਸਰਦਾਰ ਅਰਜਿੰਦਰ ਸਿੰਘ ਬਾਠ ਉਸ ਸਮੇਂ ਉੱਥੇ ਮੌਜੂਦ ਸਨ ਤੇ ਉਹਨਾਂ ਨੇ ਵੀ ਇਸ ਪਿੰਡ ਦੇ ਇਤਿਹਾਸ ਬਾਰੇ ਸਾਨੂੰ ਦੱਸਿਆ। ਉਮਤਾਪਿੰਡ ਸਿੰਘੋਲਾ ਫਤੇਗੜ ਸਾਹਿਬ ਦੇ ਵਿੱਚ ਹੈ। ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਹੈ। ਤੇ ਇਹ ਇੱਕ ਆਰਕੀਓਲੋਜੀਕਲ ਮਹੱਤਵਪੂਰਨ ਸਾਈਟ ਹੈ। ਤੇ ਇੱਥੇ ਆਰਕੀਓਲੋਜੀਕਲ ਡਿਪਾਰਟਮੈਂਟ ਵੱਲੋਂ ਉਹ ਠਾ ਠਾੜ ਦੇ ਵਿੱਚ ਐਕਸਕੇਵੇਸ਼ਨ ਕੈਂਪ ਲਗਾਇਆ ਗਿਆ ਸੀ ਤੇ ਉਸ ਦੇ ਵਿੱਚ ਕਾਫੀ ਚੀਜ਼ਾਂ ਖੋਜਾਂ ਕਰੀਆਂ ਪਰ ਤੇ ਉਹਦੇ ਵਿੱਚ ਇੱਕ ਛਾਇਡ ਸੰਘੋਲ ਦੇ ਦੱਖਣ ਸਾਈਡ ਦੇ ਵਿੱਚ ਹਾਥੀਵਾੜਾ ਤੇ ਸਿਵ ਦੇ ਪਾਸੇ ਹੈਗਾ ਆਪਣੇ ਸੰਘੋਲ ਸਾਈਡ ਦੇ ਵਿੱਚ ਜਿੱਥੇ ਕਿ ਅਸੀਂ ਹੜੱਪਨ ਤੱਕ ਗਏ ਆਂ ਇਹ ਪ੍ਰੀ ਹਰਪਨ ਸਾਈਡ ਤੋਂ ਲੈ ਕੇ ਮੁਗਲ ਕਾਲ ਤੱਕ ਇੱਥੇ ਸਾਰੇ ਕਾਲ ਮਿਲਦੇ ਨੇ ਜਿਹੜਾ ਸੰਘੋਲ ਹੈ ਇਹ ਪ੍ਰੀ ਹਰਪਨ ਤੋਂ ਲੈ ਕੇ 12ਵੀਂ ਸਤਾਬਦੀ ਤੱਕ ਕੋ ਗਵਾਹ ਦਾ ਸਹਿਰ ਸੀ 12ਵੀਂ ਸਤਾਬਦੀ ਤੋਂ ਲੈ ਕੇ 16ਵੀਂ ਸਤਾਬਦੀ ਤੱਕ ਇਹ ਬੇ ਬਰਾਨ ਪਿਆ ਰਿਹਾ ਸੰਘੋਲ ਦਾ ਪਿੰਡ ਸੰਘੋਲ ਤੇ ਉੱਥੇ 16ਵੀਂ ਸਤਾਬਦੀ ਦੇ ਵਿੱਚ ਇੱਥੇ ਰਾਜਪੂਤ ਆਏ ਜਿਨ੍ਹਾਂ ਨੇ ਇਹ ਪਿੰਡ ਬਚਾਇਆ ਫਿਰ ਤੇ ਉਹਦੇ ਬਾਅਦ ਇੱਥੇ ਫਿਰ ਇਹ ਤਹਿਸੀਲ ਵੀ ਰਹੀ ਹੈ ਸਭ ਤਹਿਸੀਲ ਵੀ ਰਹੀ ਹੈ ਸੰਘੋਲ ਨਚਾ ਪਿੰਡ ਤੇ ਉਹਦੇ ਬਾਅਦ ਇਹ 1967 ਦੇ ਵਿੱਚ ਅਸੀਂ ਖਦਾਈ ਲਗਾਈ ਸਾਡੇ ਡਿਪਾਰਟਮੈਂਟ ਵੱਲੋਂ ਤੇ ਕਾਫੀ ਕੁਝ ਉੱਥੇ ਸਾਨੂੰ ਮਿਲਿਆ ਆਰਕੀਓਲੋਜੀਕਲ ਦਾ ਆਪਣੇ ਹਰ ਇੱਕ ਆਬਜੈਕਟ ਮਿਲਿਆ ਜਿਹੜੇ ਕਿ ਆਰਕੀਓਲੋਜੀਕਲ ਸੰਬੰਧਿਤ ਜਿਹੜੇ ਕਿ ਸਾਰੇ ਕਾਲਾਂ ਨੂੰ ਦਰਸਾਉਂਦੇ ਸੀ ਤੇ 67 68 ਦੇ ਵਿੱਚ ਅਸੀਂ ਖਦਾਈ ਕਰੀ ਤੇ ਉੱਥੇ ਉਸ ਟਾਈਮ ਸਾਨੂੰ ਪਤਾ ਲੱਗਿਆ ਵੀ ਇੱਥੇ ਇਹ ਇੱਕ ਬੁੱਧਿਸਟ ਮਸ਼ਹੂਰ ਸਹਰ ਰਿਹਾ ਇਹ ਤੇ ਇੱਥੇ ਕਾਫੀ ਬੁੱਧਿਸਤ ਦਾ ਉੱਚਾ ਸਥਾਨਤੀ ਇਹ ਤੇ ਫਿਰ ਅਸੀਂ ਇਹ 1985 ਦੇ ਵਿੱਚ ਅਸੀਂ ਖਦਾਈ ਲਾਈ ਜਿਸ ਵਿੱਚ ਮੈਂ ਸ਼ਾਮਲ ਸੀ ਤੇ ਉਸ ਟੀਮ ਦੇ ਵਿੱਚ ਮੈਂ ਸ਼ਾਮਲ ਸੀ ਜਿੱਤੇ 1985 ਦੇ ਵਿੱਚ ਸਾਨੂੰ ਇੱਥੇ ਅਸੀਂ ਜਿਹੜਾ ਇੱਕ ਥੇ ਸੀ ਉਲੇ ਆਪਣੇ ਨਾਰਥ ਵਾਲੀ ਸਾਈਡ ਦੇ ਵਿੱਚ ਉੱਥੇ ਅਸੀਂ ਖਦਾਈ ਲਾਈ ਉੱਥੇ ਇੱਕ ਬਾਬਾ ਨੰਦਾਸ ਦੀ ਸਮਾਦ ਸੀ ਉਸ ਦੇ ਵਿੱਚ 67 ਦੇ ਵਿੱਚ ਇੱਕ ਸਾਡੇ ਵਿਸ਼ੇਸ਼ ਸਾਹਿਬ ਆਰਕੀਓਲੋਜੀਕਲ ਅਫੀਸਰ ਹੋਏ ਨੇ ਉਹ ਸਾਨੂੰ ਡਿਕਲੇਅਰ ਕਰ ਗਏ ਸੀ ਵੀ ਇਸ ਦੇ ਥੱਲੇ ਇੱਕ ਬੁੱਧ ਸਤੂਪਾ ਹੈ ਅਸੀਂ 1985 ਦੇ ਵਿੱਚ ਜਾਂ ਖਦਾਈ ਲਾਈ ਤਾਂ ਅਸੀਂ ਉਹਦੇ ਵਿੱਚ ਲਾਰਜ ਸਕੇਲ ਤੇ ਅਸੀਂ ਖਦਾਈ ਲਾਈ ਤੇ ਉੱਥੇ ਸਾਨੂੰ ਇੱਕ ਜਗ੍ਹਾ ਬੁੱਧ ਸਤੂਪਾ ਦੇ ਇੱਕ ਜਗ੍ਹਾ ਸਾਨੂੰ 117 ਸਕਲਪਚਰ ਮਿਲੇ ਜੋ ਕਿ ਮਥਰਾ ਸ਼ੈਲੀ ਦੇ ਨਾਲ ਸੰਬੰਧ ਰੱਖਦੇ ਸਨ ਉਹਦੇ ਬਾਅਦ ਫਿਰ ਅਸੀਂ ਹੜੱਪਨ ਤੱਕ ਗਏ ਆ ਇੱਥੇ ਹੜੱਪਨ ਸਾਈਡ ਆ ਪ੍ਰੀ ਹੜੱਪਨ ਸਾਈਡ ਆ ਉਹਦੇ ਬਾਅਦ ਮੁਗਲ ਕਾਲ ਤੱਕ ਜਿੰਨੇ ਵੀ ਕਾਲ ਆ ਸਾਰੇ ਇੱਥੇ ਮਿਲਦੇ ਨੇ ਸਾਨੂੰ ਤੇ ਉਹਦੇ ਬਾਅਦ ਅਸੀਂ ਫਿਰ ਇੰਦਰ ਸਿੰਘ ਜੀਟੀ ਰੋਡ ਦੇ ਇੱਕ ਸਾਨੂੰ ਲਾਇਖदाई ਉੱਥੇ ਸਾਨੂੰ ਇੱਕ ਖੋਸ ਤੂਪਾ ਮਿਲਿਆ ਇੱਥੇ ਘੱਟੋ ਘੱਟ 10 ਤੂਪੇ ਨੇ ਜਿਹੜਾ ਕਿ ਬੁੱਧ ਦੇ ਤੂਪ ਦਾ ਸਥਾਨ ਹੈ ਤੇ ਅਮ 85 ਤੋਂ ਲਾ ਕੇ 90 ਤੱਕ ਫਿਰ ਸਾਡੇ ਕੋਲ ਜਾਂ ਸਾਨੂੰ ਸਕਲਚਰ ਮਿਲੇ ਇੱਥੇ 1985-86 ਦੇ ਵਿੱਚ ਸਾਡੇ ਨਾਲ ਜੁਆਇੰਟ ਖਦਾਈ ਕਰੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਜੋ ਕਿ ਅਸੀਂ ਇਕੱਠੀ ਖਦਾਈ ਕਰੀ ਕੁਝ ਸਕਲਚਰ ਹੁਣ ਪਟਿਆਲੇ ਪਏ ਨੇ ਕੁਝ ਸਕਲਚਰ ਸਾਡੇ ਸੰਘੋਲ ਪਏ ਨੇ ਕੁਝ ਸੰਗੋ ਸਾਡੇ ਦਿੱਲੀ ਪਏ ਨੇ ਤੇ ਆਬਜੈਕਟਾਂ ਜਿਹੜੇ ਉਹ ਵੀ ਸਾਡੇ ਕੋਲ ਦਿੱਲੀ ਪਏ ਨੇ ਟ੍ਰੀਟਮੈਂਟ ਹੋ ਕੇ ਕਰਕੇ ਉੱਥੇ ਨੈਸ਼ਨਲ ਮਿਊਜ਼ੀਅਮ ਵਿੱਚ ਵੀ ਪਏ ਨੇ ਤੇ ਇੱਕ ਉਹਨਾਂ ਵਿੱਚੋਂ ਸਕਲਚਰ ਸੀ ਜਿਹਦੇ ਵਿੱਚ ਅਮ ਆਪਣੇ 19 ਜੀਵ ਗਾਂਧੀ ਨੇ ਰਸਿਆ ਫੈਸਟੀਵਲ ਦੇ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ ਤੇ ਉਸ ਤੋਂ ਬਾਅਦ ਕੋਈ ਫਿਰ ਇਹ ਖਦਾਈ ਨਹੀਂ ਲੱਗੀ 1990 ਹ ਜੇਕਰ ਇਹ ਖਦਾਈ ਲਾਈ ਜਾਵੇ ਤਾਂ ਇੱਥੇ ਕੋਈ ਬਹੁਤ ਕੁਝ ਮਿਲ ਸਕਦਾ ਤੇ ਸਾਡਾ ਪਿੰਡ ਦਾ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ ਤੇ ਜਾਂਦੇ ਜਾਂਦੇ ਅਸੀਂ ਦੇਖਿਆ ਕਿ ਇੱਕ ਆਜੜੀ ਬੱਕਰੀਆਂ ਚਰਾ ਰਿਆ ਸੀ ਇਸ ਤੋਂ ਪਤਾ ਲੱਗਦਾ ਹੈ ਕੇ ਲੋਕ ਮਿਹਨਤੀ ਨੇ ਖੁਦ ਦਾ ਕੰਮ ਕਰਨਾ ਪਸੰਦ ਕਰਦੇ ਆ ਪ੍ਰੋਗਰਾਮ ਰੰਗ ਪੰਜਾਬ ਦੇ ਤਹਿਤ ਅੱਜ ਅਸੀਂ ਜਾਣਿਆ ਉੱਚਾ ਪਿੰਡ ਸੰਗੋਲ ਬਾਰੇ ਔਰ ਪਿੰਡ ਨੂੰ ਜਾਣਨ ਤੋਂ ਬਾਅਦ ਆਪਾਂ ਨੂੰ ਇਹ ਪਤਾ ਲੱਗਿਆ ਕਿ ਕਿਹੜੀਆਂ-ਕਿਹੜੀਆਂ ਸਭਿਅਤਾਵਾਂ ਦੇ ਲੋਕ ਹੈ ਜਿਹੜੇ ਇੱਥੇ ਆ ਕੇ ਵਸੇ ਆ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਨਾਲ ਜੁੜੀਆਂ ਹੋਈਆਂ ਮਿਲੀਆਂ ਔਰ ਇਸੇ ਤਰ੍ਹਾਂ ਪਿੰਡ ਵਿੱਚ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ ਜਿੱਥੇ ਜਿਹੜੀ ਅਮੀਰ ਵਿਰਾਸਤ ਹੈ ਸਾਡੇ ਸਭਿਅਤਾਵਾਂ ਨਾਲ ਜੁੜੀ ਹੋਈ ਉਹਨੂੰ ਸੰਭਾਲ ਕੇ ਰੱਖਿਆ ਗਿਆ ਔਰ ਬਹੁਤ ਦੁਰਲਭ ਹੈਗਾ ਬਹੁਤ ਅਮੀਰ ਵਿਰਸਾ ਸਾਡੇ ਪੰਜਾਬ ਦਾ ਇਸੇ ਤਰ੍ਹਾਂ ਅਗਲੇ ਹਫ਼ਤੇ ਤੁਹਾਨੂੰ ਲੈ ਕੇ ਚੱਲਾਂਗੇ ਕਿਸੇ ਹੋਰ ਪਿੰਡ ਔਰ ਦਿਖਾਵਾਂਗੇ ਕਿ ਉਸ ਪਿੰਡ ਦੀ ਕੀ ਮਹਾਨਤਾ ਹੈ ਕਿਹੜੀਆਂ ਸਹੂਲਤਾਂ ਉੱਥੇ ਮੌਜੂਦ ਨੇ ਤੇ ਕਿਸ ਕਰਕੇ ਹੀ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ